10 नवंबर ਨੂੰ ਪ੍ਰਦੀਪ ਸਿੰਘ ਦੀ ਟਾਰਗੇਟਡ ਕਿਲਿੰਗ ਦੇ ਵਿੱਚ ਅੱਜ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਦੋ ਮੇਨ ਸ਼ੂਟਰਸ ਮਨਪ੍ਰੀਤ ਮਨੀ ਅਤੇ ਭੁਪਿੰਦਰ ਗੋਲਡੀ ਨੂੰ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਜਲੰਧਰ ਅਤੇ ਫਰੀਦਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈਗਾ। ਇਹ ਦੋਵੇਂ ਸ਼ੂਟਰਸ ਜਿਹੜੇ ਹੈਗੇ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ। ਇਸ ਦੇ ਨਾਲ ਦੀ ਨਾਲ ਹੀ ਅੱਜ ਇੱਕ ਹੋਰ ਸਫਲਤਾ ਮਿਲੀ ਹੈ ਜਦੋਂ ਬਲਜੀਤ ਸਿੰਘ ਮਾਨਾ ਜਿਸਨੇ ਕਿ ਲੌਜਿਸਟਿਕਸ ਪ੍ਰੋਵਾਈਡ ਕਰਨ ਦੇ ਵਿੱਚ ਜਿਹੜੇ ਹਰਿਆਣਾ ਦੇ ਤਿੰਨ ਸ਼ੂਟਰ ਸੀਗੇ ਜਿਨ੍ਹਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਸੀ, ਉਹਨਾਂ ਨੂੰ ਲੌਜਿਸਟਿਕਸ ਸਪੋਰਟ ਦਿੱਤੀ ਸੀ, ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੀ ਇੰਟਰੋਗੇਸ਼ਨ ਜਾਰੀ ਹੈਗੀ। ਇਹ ਜਿਹੜਾ ਮਰਡਰ ਸੀਗਾ ਕੈਨੇਡਾ ਬੇਸਡ ਜਿਹੜਾ ਗੋਲਡੀ ਉਹਦੇ ਗੋਲਡੀ ਦੇ ਨਾਲ ਇਹਦੀ ਤਾਰਾਂ ਜੁੜੀਆਂ ਹੈ ਤੇ ਇਸ ਨੂੰ ਅਸੀਂ ਟੋਟਲੀ ਅਨਵੇਲ ਕਰਾਂਗੇ ਕਾਂਸਪਰੇਸੀ ਨੂੰ। ਕਾਂਸਪਰੇਸੀ ਦੇ ਵਿੱਚ ਜਿਹੜੇ ਵੀ ਮੁਲਜ਼ਮ ਇਨਵੋਲਵਡ ਹੈ ਸਾਰਿਆਂ ਨੂੰ ਅਰੈਸਟ ਕਰਾਂਗੇ।